वाहिगुरु जी का खालसा, वाहिगुरु जी की फतेह। सतगुरु गुरु हरगोबिंद साहब महाराज जी ने अपार बख्शिश की। भैन जी दलवीर कौर होना दे उद्यम दे नाल अज असी कश्मीर बारामूला विखे पहुंचे हाँ, पातशाह छेवीं गुरुद्वारा साहब, जिथे महाराज जी की इतिहासक ओवी सिल है, जिथे महाराज जी का अंदर प्रकाश किया होया। कदे जहांगीर बादशाह नूं बैठन वास्ते उहदे वास्ते उहनूं एक सिल बड़ी सुंदर तैयार करके दित्ती गई कि बादशाह इहदे उपर बैठेगा, पर उहने गुरु हरगोबिंद साहब जी का अदब करदिआं ਉਹ ਸਿਲ ਜਿਹੜੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੈਠਣ ਵਾਸਤੇ ਰੱਖ ਦਿੱਤੀ। ਕਹਿਣ ਲੱਗਾ ਜੀ ਸਾਡੀ ਇੰਨੀ ਔਕਾਤ ਨਹੀਂ, ਇੰਨੀ ਵਧੀਆ ਸਿਲ ਤੇ ਅਸੀਂ ਬੈਠੀਏ, ਇੱਥੇ ਮਹਾਰਾਜ ਆਪ ਜੀ ਸ਼ੋਭ ਦਿਓ। ਜਿਸ ਸਿਲ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਉਹ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਹੈ ਉੱਥੇ ਥੱਲੇ ਲੱਗੀ ਹੋਈ ਅੱਜ ਵੀ। ਦੂਸਰਾ ਇਹ ਖੂਹ ਹੈ, ਇਹ ਵੀ ਮਹਾਰਾਜ ਜੀਆਂ ਦੇ ਚਰਨ ਛੋਹ ਪ੍ਰਾਪਤ ਉਹਨਾਂ ਦੀ ਇਹ ਦਾਤ ਹੈ ਜਿਹੜੀ ਸਿੱਖ ਇਤਿਹਾਸ ਲਈ ਇੱਕ ਬੜੀ ਅਮੁੱਲਕ ਵਿਰਾਸਤ ਹੈ। ਇਹ ਜੇਹਲਮ ਦੇ ਬਿਲਕੁਲ ਦਰਿਆ ਦੇ ਕੰਢੇ ਤੇ ਗੁਰਦੁਆਰਾ ਸਾਹਿਬ ਹੈ ਔਰ ਚਾਰ ਚੁਫੇਰੇ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ। ਔਰ ਨਾਲ ਇਹ ਵੀ ਦੱਸ ਦਈਏ, ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਚਰਨ ਪਾਏ ਆਪਣੇ ਹੱਥੀਂ ਚਿਨਾਰ ਦਾ ਦਰਖਤ ਲਾਇਆ, ਕਿਉਂਕਿ ਕਸ਼ਮੀਰ ਦੀ ਧਰਤੀ ਤੇ ਚਿਨਾਰ ਨੂੰ ਇੱਕ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਬੜੀ ਅਦੁੱਤੀ ਦਾਤ ਮੰਨ ਕੇ ਇਸ ਦਰਖਤ ਨੂੰ ਰਾਸ਼ਟਰੀ ਦਰਖਤ ਵੀ ਮੰਨਿਆ ਜਾਂਦਾ ਹੈ। ਔਰ ਇਹ ਦਰਖਤ ਮਹਾਰਾਜ ਜੀ ਨੇ ਹੱਥੀਂ ਲਾਇਆ, ਜਿਹੜਾ ਸਾਡੀ ਕਾਰ ਸੇਵਾ ਦੀ ਭੇਟ ਚੜ ਗਿਆ। ਅਸੀਂ ਕਾਰ ਸੇਵਾ ਦੀ ਵਿਰੋਧੀ ਨਹੀਂ ਕਰੂ, ਪਰ ਇਹ ਦਰਖਤ ਮਹਾਰਾਜ ਜੀ ਨੇ ਹੱਥੀਂ ਲਾਇਆ ਸੀਗਾ, ਜਿਹਦਾ ਤਣਾ ਏਡਾ ਵੱਡਾ ਸੀਗਾ ਕਿ ਇਹ ਘੱਟੋ ਘੱਟ ਇੱਕ ਕਮਰੇ ਜਿੱਦਾਂ ਹੋ, ਔਰ ਇਹ ਇੱਕ ਟਾਹਣੀ ਜਾਂ ਉਹਦਾ ਟਾਹਣਾ ਵੱਢ ਕੇ ਰੱਖਿਆ ਹੋਇਆ ਇਹਦੇ ਵਿੱਚ। ਉਹ ਵੀ ਗੁਰਸਿੱਖਾਂ ਨੇ ਪਤਾ ਨਹੀਂ ਕਿਵੇਂ ਸਾਂਭ ਸੰਭਾਲ ਕਰਕੇ ਇੱਥੇ ਲਿਆ ਕੇ ਰੱਖਤਾ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰ ਕਮਲਾਂ ਨਾਲ ਲੱਗਾ ਹੋਇਆ। ਚਿਨਾਰ ਦਾ ਰੁੱਖ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਲਾਇਆ ਉਹ ਇਹਨਾਂ ਨੇ ਕਾਰ ਸੇਵਾ ਦੇ ਨਾਂ ਤੇ ਵੱਢਿਆ, ਤੇ ਜਿਹੜੇ ਵੱਢ ਕੇ ਇੱਥੋਂ ਨਿਕਲੇ ਸਨ ਉਹਨਾਂ ਦਾ ਰਾਹ 'ਚ ਐਕਸੀਡੈਂਟ ਹੋਇਆ, ਕੁਝ ਮਰੇ, ਕੁਝ ਹਸਪਤਾਲਾਂ 'ਚ ਪਹੁੰਚੇ ਤੇ ਕੁਝ ਦੀ ਬੁਰੀ ਹਾਲਤ ਹੋਈ, ਉਹ ਵੱਖਰਾ ਪੱਖ। ਪਰ ਅੱਜ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਪਿਛਲੇ ਬੰਨੇ ਵੀ ਜਗ੍ਹਾ ਖਾਲੀ ਪਈ ਆ, ਅਗਲੇ ਬੰਨੇ ਵੀ ਖਾਲੀ ਪਈ ਆ। ਬਸ ਇਹ ਸਾਡੀ ਜਿੱਦ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੀਂ ਲੱਗਾ ਹੋਇਆ ਦਰਖਤ ਕਾਰ ਸੇਵਾ ਦੇ ਨਾਂ ਤੇ ਵੱਢ ਕੇ ਅਸੀਂ ਪੁਰਾਣਾ ਤੁਹਾਡਾ ਕੱਖ ਛੱਡਣਾ ਨਹੀਂ, ਤੇ ਸਾਡੇ ਨਾਲੋਂ ਤਾਂ ਬੋਧੀ ਵੀ ਚੰਗੇ। ਜਿਸ ਪਿੱਪਲ ਥੱਲੇ ਬਹਿ ਕੇ ਬੁੱਧ ਜੀ ਨੇ ਕਦੇ ਪਰਮੇਸ਼ਰ ਨੂੰ ਯਾਦ ਕੀਤਾ, ਵਿਰੋਧੀਆਂ ਨੇ ਉਹ ਪਿੱਪਲ ਪੁੱਟਿਆ, ਪਰ ਬੋਧੀਆਂ ਨੇ ਉਸ ਪਿੱਪਲ ਨੂੰ ਮੁੜ ਖੜਾ ਕਰ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦ ਵਿੱਚ ਨਾਨਕ ਮਤੇ, ਜਿਸ ਵਕਤ ਉਸ ਪਿੱਪਲ ਦਾ ਨੁਕਸਾਨ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁੜ ਜਾ ਕੇ ਉਸ ਨੂੰ ਹਰਾ ਭਰਾ ਕੀਤਾ, ਤੇ ਅੱਜ ਗੁਰੂ ਕੇ ਸਿੱਖੋ, ਅੱਜ ਤੇ ਤੁਹਾਡੇ ਇਹ ਚਨਾਰ ਦੇ ਰੁੱਖ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੀਂ ਲਾਏ ਵੱਢੇ ਗਏ, ਆਹ ਜਿਹੜੇ ਖੂਹ ਸੀ ਉਹਨਾਂ ਦਾ ਕੁਝ ਹੋਰ ਬਣ ਗਿਆ ਆ, ਔਰ ਹੋਰ ਜਿਹੜੀਆਂ ਪੁਰਾਤਨ ਵਿਰਾਸਤਾਂ ਸੀਗੀਆਂ। ਆਹ ਗੁਰਦੁਆਰਾ ਸਾਹਿਬ ਪੁਰਾਣਾ ਲੱਕੜ ਦਾ ਬਣਿਆ ਹੋਇਆ ਸੀ, ਪੁਰਾਣੇ ਸਿੱਖਾਂ ਨੇ ਬਣਾਇਆ ਹੋਇਆ, ਸਾਨੂੰ ਪੱਥਰਾਂ ਨੇ ਇਹੋ ਜਿਹੇ ਪੱਥਰ ਬਣਾ ਦਿੱਤਾ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਮੈਨੂੰ ਨਹੀਂ ਲੱਗਦਾ ਕੱਖ ਛੱਡਾਂਗੇ, ਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਗੁਰਦੁਆਰੇ ਤੁਸੀਂ ਨਾ ਸੰਭਾਲੇ, ਇੱਕ ਦਿਨ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਹੱਥ ਜ਼ਰੂਰ ਧੋ ਬੈਠੋਗੇ। ਇਸ ਲਈ ਜੇ ਚਾਹੁੰਦੇ ਹੋ, ਇਧਰਲੇ ਪਾਸੇ ਵੀ ਆ ਚਨਾਰ ਦਾ ਇੱਕ ਦਰੁਖਤ ਪੁਰਾਣਾ ਖੜਾ ਹੈ, ਉਹ ਗੁਰਦੁਆਰਾ ਸਾਹਿਬ ਤੋਂ ਬਾਹਰਲੇ ਬੰਨੇ। ਇਹ ਕਹਿ ਲਈਏ ਕਿ ਗੁਰਦੁਆਰੇ ਦੇ ਅੰਦਰ ਉਹਨਾਂ ਨੇ ਕੋਈ ਉਹ ਪੁਰਾਤਨਤਾ ਜਾਂ ਇੱਥੋਂ ਦੇ ਜਿਹੜੇ ਰੁੱਖ ਸੀ ਉਹ ਛੱਡੇ ਨੀ ਜੀ, ਅੰਦਰ ਪੱਥਰ ਹੀ ਪੱਥਰ ਹੈ। ਤੇ ਕਾਰ ਸੇਵਾ ਦੇ ਨਾਂ ਤੇ ਮਾਰ ਸੇਵਾ ਹੋਈ, ਸਰਕਾਰ ਸੇਵਾ ਹੋਈ। ਆਓ ਆਪਣਾ ਮੂਲ ਪਛਾਣੀਏ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪੁਰਾਤਨ ਵਿਰਾਸਤਾਂ ਗੁਰ ਇਤਿਹਾਸ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਬਹਾਲ ਕਰਨ ਲਈ ਗੁਰਦੁਆਰਿਆਂ ਚੋਂ ਰਾਜਨੀਤੀ ਕੱਢੋ, ਜਿਸ ਰਾਜਨੀਤੀ ਰਾਹੀਂ ਇਹੋ ਜਿਹੀਆਂ ਕਾਰ ਸੇਵਾਵਾਂ ਕਰਾ ਕੇ ਗੁਰੂ ਸਾਹਿਬ ਦੀਆਂ ਯਾਦਾਂ ਨੂੰ ਤੈਸ ਨੈਸ ਕੀਤਾ ਜਾ ਰਿਹਾ। ਆਓ ਬਚਾਈਏ ਇਹਨਾਂ ਨੂੰ, ਸਿੱਖ ਨੀਤੀ ਲਿਆਈਏ, ਪੰਥ ਰੁਸ਼ਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।